ਕੀ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਕੋਟ-ਕੋਟ ਕੇ ਬੰਦੇ ਨੂੰ ਥਾਣੇ ਲੈ ਕੇ ਜਾ ਰਹੇ ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਉਕਤ ਸ਼ਖਸ ਨੇ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਆਏ ਮਰੀਜ਼ ਦਾ ਮੋਬਾਈਲ ਚੋਰੀ ਕੀਤਾ, ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ਤੇ ਪਹਿਲਾਂ ਇਸ ਦੀ ਛਿੱਤਰ ਪਰੇਡ ਕੀਤੀ ਤੇ ਫਿਰ ਉਸ ਨੂੰ ਥਾਣੇ ਲੈ ਕੇ ਗਏ। ਲੋਕਾਂ ਨੇ ਪੁਲਿਸ ਤੋਂ ਉਕਤ ਚੋਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਾਨੂੰਨ ਹੱਥ 'ਚ ਨਹੀਂ ਲੈਣਾ ਬਾਈ, ਤੁਸੀਂ ਇਹਨੂੰ ਮਾਰਕੁੱਟ ਨਾ ਕਰੋ, ਇਹਦੇ ਨਾਲ ਇਹਨੂੰ ਥਾਣੇ ਦਿਓ। ਕੋਈ ਦਵਾਈ ਲੈਣ ਵਾਸਤੇ ਆਇਆ, ਕੋਈ ਪੇਸ਼ੈਂਟ ਕੋਈ ਲੱਤ ਟੁੱਟੀ ਇਹਨਾਂ ਦੀ ਜੀ, ਇਹ ਦਵਾਈ ਲੈਣ ਵਾਸਤੇ ਆਏ ਤੇ ਕੁਦਰਤੀ ਉੱਥੇ ਵੀ ਲਾਈਨ 'ਚ ਲੱਗੇ ਜਦੋਂ ਜੀ ਪਰਚੀ ਕਟਵਾਉਣ ਲਈ, ਪਰਚੀ ਕਟਵਾਉਂਦੇ ਜੀ ਉੱਥੇ ਭੀੜ ਸੀ। ਇਹ ਨੇ ਫੋਨ ਪਾ ਲਿਆ ਇੱਧਰੋਂ ਕੱਢ ਕੇ, ਇੱਧਰ ਗੀਜੇ ਇਹ ਬੰਦਾ ਪਿੱਛੇ ਸੀ, ਇਹਨੇ ਰਿਸਕਾ ਲਿਆ ਫੋਨ, ਪਹਿਲਾਂ ਤਾਂ ਇਹਨੂੰ ਗੱਲਾਂ ਲਾਈ ਰੱਖਿਆ ਤੇ ਬਾਅਦ 'ਚ ਇਹਦਾ ਫੋਨ ਕੱਢ ਕੇ। ਇੰਨੀ ਦੇਰ ਇੰਨੀ ਕੁਟਾਈ ਮਾਰ ਕੁਟਾਈ ਤੋਂ ਬਾਅਦ ਵੀ ਇਹ ਬੰਦਾ ਨਹੀਂ ਮੰਨਿਆਗਾ। ਅੱਗੋਂ ਜਵਾਬ ਸਾਨੂੰ ਆਟੋ ਦੇ ਵਿੱਚ ਕਹਿੰਦਾ ਆਂਦਾ 5 ਮਿੰਟ ਮੈਨੂੰ ਖੋਲ ਦਿਓ, ਮੇਰੇ ਕੋਲ ਇਹ ਜਿਹਾ ਹਥਿਆਰ ਹੈ, ਪਿਸਟਲ ਇਹ ਜਿਹਾ, ਤੁਹਾਨੂੰ 1 ਮਿੰਟ 'ਚ ਸਾਰਿਆਂ ਨੂੰ ਖਤਮ ਕਰ ਦਿਆਂਗਾ ਜਿੰਨੇ ਤੁਸੀਂ ਉੱਥੇ ਹੌਸਪੀਟਲ 'ਚ ਜੁੜੇ ਸੀ। ਤੁਹਾਨੂੰ ਲੱਗਦਾ ਕਿ ਇਹਨੇ ਕੋਈ ਨਸ਼ਾ ਵਗੈਰਾ ਕੀਤਾ? ਲੱਗਦਾ ਜੀ 100%। ਜਿਸ ਹਿਸਾਬ ਨਾਲ ਇਹ ਬੋਲ ਰਿਹਾ, ਬਿਲਕੁਲ ਜੀ ਬਿਲਕੁਲ, ਇਹ ਲੱਗਦਾ ਕਿੱਥੋਂ ਦਾ? ਕੋਈ ਦੱਸਿਆ ਇਹਨੇ ਕਿਹੜੇ ਏਰੀਏ ਦਾ ਜੀ? ਇਹ 5 ਫੀਟ ਟਿੱਬੇ ਦਾ ਜੀ। 5 ਫੀਟ ਟਿੱਬੇ ਦਾ ਦੱਸਦਾ? ਕੋਈ ਨਾਂ ਦੱਸਦਾ ਆਪਦਾ ਜੀ? ਨਹੀਂ, ਨਾਂ ਨਹੀਂ ਦੱਸਿਆ। ਬਰਾਦਰੀ ਮਜ਼ਬੀ ਸਿੱਖ ਦੱਸਿਆ। ਤੁਸੀਂ ਥਾਣੇ ਨੂੰ ਦੇਤਾ, ਕੀ ਮੰਗ ਕਰਦੇ ਹੋ ਥਾਣੇ ਵਾਲੇ, ਕੀ ਉਮੀਦ ਕਰਦੇ ਹੋ ਤੁਸੀਂ? ਅਸੀਂ ਥਾਣੇ ਤੋਂ ਇਹ ਉਮੀਦ ਕਰਦੇ ਹਾਂ, ਹੱਥ ਜੋੜ ਕੇ ਅਪੀਲ ਹੈ ਜੀ ਸਾਡੀ, ਵੀ ਸਾਡਾ ਸਾਨੂੰ ਫੋਨ ਜਾਂ ਇਹੋ ਜਿਹੇ ਵਿਅਕਤੀਆਂ ਨੂੰ ਹੱਥ ਪਾਈ ਜਾਵੇ। ਇਹ ਕੋਈ ਹਾਲ ਥੋੜ੍ਹਾ ਹੈ ਜੀ, ਰੋਜ਼ ਦੇ ਉੱਥੇ 2-4 ਫੋਨ, 2-4 ਮੋਟਰਸਾਈਕਲ ਜੁੜੀ ਹੁੰਦੀ ਹੈ।